ਲਾਹੌਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ 'ਚ ਤੇਜ਼ ਅੰਧਾਰੀ ਬਾਰਿਸ਼ ਦੇ ਨਿਨਾਵਾਂ। ਲਾਹੌਰ ਅਤੇ ਸ਼ੇਖੂਪੁਰਾ 'ਚ ਘਰਾਂ ਦੀਆਂ ਛੱਤਾਂ ਡਾਹਣ ਨਾਲ ਬਾਲੜੀ ਜਾਂ ਬਾਹਰ 13 ਬੰਦੇ ਜ਼ਖਮੀ। ਇਸਲਾਮਾਬਾਦ 'ਚ ਖਰਾਬ ਮੌਸਮ ਦੀ ਵਜ੍ਹਾ ਤੋਂ PIA ਦੀਆਂ 3 ਪਰਵਾਜ਼ਾਂ ਲਾਹੌਰ 'ਚ ਲਾਹਵਣੀਆਂ ਪਈਆਂ। ਲਾਹੌਰ 'ਚ ਕਿਊਲਰੀ ਗਰਾਊਂਡ ਨਾਲ 2 ਗਾੜੀਆਂ ਟਕਰਾ ਗਈਆਂ। 2 ਨੌਜਵਾਨ ਜਾਂ ਬਾਹਰ ਨੂੰ ਜ਼ਖਮੀ। ਕਰਾਚੀ 'ਚ ਸੁਪਰ ਹਾਈਵੇ ਨਾਲ ਟ੍ਰੈਫਿਕ ਹਾਦਸਾ। 1 ਬੰਦਾ ਜਾਨ ਦੀ ਬਾਜ਼ੀ ਹਾਰ ਗਿਆ। ਮੁਲਤਾਨ 'ਚ ਬਿਲਾਵਲ ਭੁੱਟੋ ਦੇ ਨਵਾਜ਼ ਸ਼ਰੀਫ ਤੇ ਇਮਰਾਨ ਖਾਨ ਤੇ ਵਾਰ ਆਖਿਆ। ਇੱਕ ਜਨਰਲ ਜ਼ਿਆ ਤੇ ਦੂਜਾ ਜਨਰਲ ਮੁਸ਼ਰਫ ਦੀ ਪੈਦਾਵਾਰ ਏ। ਨੂਹੇ ਦਾ ਨਜ਼ਰੀਆ ਸਿਰਫ ਇਕਤਦਾਰ ਦਾ ਹਸੂਲ ਏ। ਮੀਆਂ ਸਾਹਿਬ ਵੰਨਿਓ, ਹੁਣ ਆਵਾਮ ਦੀ ਜਾਨ ਛੋੜੋ, ਸਿਆਸਤ ਤੁਹਾਡੇ ਬਸ ਦੀ ਗੱਲ। ਕਹਿਣੀ ਸਾਬਕ ਵਜ਼ੀਰ ਆਜ਼ਮ ਕੋ ਮਸ਼ਵਰਾ ਦੇ ਦਿੱਤਾ। ਮੁਲਕ 'ਚ ਇੱਕ ਲਿਆ ਸਿਆਸੀ ਸੰਡੇ। 2018 ਨਵੇਂ ਪਾਕਿਸਤਾਨ ਤੇ ਤਬਦੀਲੀਆਂ ਦਾ ਸਾਲ ਏ। ਰਾਵਲਪਿੰਡੀ ਮੈਟਰੋ ਤੇ ਅਰਬਾਂ ਰੁਪਏ ਖਰਚ ਕੀਤੇ ਗਏ। ਇਹ ਪੈਸਾ ਸਿਹਤ ਤੇ ਲਾਤਾ ਵੇਂਦਾ ਤਾਂ ਤਬਦੀਲੀ ਆਵੇਂਦੀ। ਕਪਤਾਨ ਦਾ ਰਾਵਲਪਿੰਡੀ 'ਚ ਕਾਰਕੁਨਾਂ ਤੋਂ ਖਿਤਾਬ। ਸ਼ੇਖ ਰਸ਼ੀਦ ਵੱਲ ਸ਼ਰੀਫ ਬਰਾਦਰਾਂ ਦੀ ਕਲਾਸ ਗਿਣਗੇ। ਵਜ਼ੀਰ ਆਲਾ ਪੰਜਾਬ ਆਪਣੀ 5 ਸਾਲਾਂ ਦੀ ਕਾਰਕਰਦਗੀ ਗਿਣਵਾ ਦਿੱਤੀ। ਰਿਕਾਰਡ ਤਰੱਕੀਆਤੀ ਕੰਮ ਕਰਨ ਦਾ ਦਾਅਵਾ। ਪੰਜਾਬ ਦੇ ਵਸੈਲ ਤੋਂ 5000 ਮੈਗਾਵਾਟ ਬਿਜਲੀ ਦੇ ਮਨਸੂਬੇ ਲਾਤੇ ਵੇਂਦੇ ਪਏ। 70 ਸਾਲ 'ਚ ਕਹੀਂ ਵੀ ਹਕੂਮਤ ਇਤਨੇ ਜ਼ਿਆਦਾ ਤਰੱਕੀਆਤੀ ਮਨਸੂਬੇ ਨਹੀਂ ਲਾਤੇ। ਕਮਾਲੀਆ ਜਲਸੇ ਤੋਂ ਸ਼ਹਿਬਾਜ਼ ਸ਼ਰੀਫ ਦਾ ਖਿਤਾਬ।